ਉਹ ਜ਼ਬਾਨ ਤੇ ਉਤਰੂ ਗਏ ਪੰਚਾਇਤ ਦੇ ਵਿੱਚ ਮੈਂ ਨਿਰਭਰ ਹੋ ਗਿਆ, ਸ਼ਹਿਰੀ ਗੱਲ ਡਿਕਲੇਅਰ ਕਰਤੀ, ਜਿੰਦੀ ਅਟੈਕ ਹੋ ਗਿਆ, ਆ ਜਾਓ ਆ ਜਾਓ ਇੱਥੇ, ਆਹ ਬੈਠਾ ਬੰਦਾ ਮੂੰਹ ਤੇ ਗੇੜੇ ਮਾਰ ਮਾਰ ਹੰਭ ਗਿਆ, ਆਪਾਂ ਦਿੱਤੇ ਨੀ, ਅਗਲਾ ਹਟ ਗਿਆ, ਤੁਸੀਂ ਤਾਂ ਮੈਗਰੀ ਪੈ ਗਿਆ ਫਿਰ, ਇਹ ਤਾਂ ਸਿੱਖ ਲੋਕ ਸਰ, ਸਿੱਖੋ ਇਹ ਤਾਂ ਕਰ ਦੂ ਦੋਨੇ ਕਤਲ, ਯਾਰ ਮੇਰੇ ਤੇ ਵਾਜਬ ਹੋ ਗਏ ਦੋਨੇ ਕਤਲ, ਉਦੋਂ ਪੈਸੇ ਦੇ ਦੇ, ਉਹ ਨਹੀਂ ਦੇਣੇ, ਇੱਥੇ ਅਣਖਾਂ ਦਾ ਸਵਾਲ ਹੋ ਗਿਆ, ਇੱਜਤਾਂ ਦਾ ਸਵਾਲ ਹੋ ਗਿਆ, ਮੇਰੀ ਗੱਲ ਸੁਣ, ਪੁਲਿਸ ਨੇ ਫੜ ਲਿਆ ਉਹਦਾ ਪਹਿਲੇ ਪਟੇ ਤੇ ਹੀ ਮੰਨ ਗਿਆ ਯਾਰ, ਮੈਂ ਨੀ ਪੁਲਿਸ ਤੋਂ ਪਟੇ ਖਾਂਦਾ, ਆਪਾਂ ਤਾਂ ਪਹਿਲਾਂ ਹੀ ਦੱਸ ਦੇਈਦਾ ਸਾਰਾ ਕੁਛ, ਬਦਮਾਸ਼ੀ ਟੱਟੂ ਦੀ ਹੈ, ਪੁਲਿਸ ਤੋਂ ਛਿੱਤਰ ਖਾ ਕੇ ਦੱਸਿਆ, ਪਹਿਲਾਂ ਹੀ ਦੱਸ ਦਿਓ, ਪੁਲਿਸ ਵਾਲੇ ਤਾਂ ਫਿਰ ਤੈਨੂੰ ਪਤਾ ਮਨਾ ਲੈਂਦੇ ਆ ਵੱਡਿਆਂ ਵੱਡਿਆਂ ਨੂੰ, ਹੈ ਠੀਕ ਹੈ ਠੀਕ ਹੈ, ਬਿਲਕੁਲ 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 ਬਿਲਕੁਲ, ਉਹ ਪੁੱਤਰ ਯਾਰ ਤੂੰ ਸ਼ਰਮ ਹੀ ਲਾਤੀ ਯਾਰ, ਜਿਵੇਂ ਸ਼ਰਮ ਕਹਦੀ ਮੇਰੀ, ਸੁਣ ਗੱਲ ਲੈ ਦੇ ਪੈਸੇ, ਹੁਣ ਕੱਲ ਦਾ ਕਰਾਰ ਸੀ, ਆਇਆ ਮੈਂਬਰ ਤੂੰ ਵੀ, ਮੈਂਬਰ ਪਿੱਛੇ ਖੜ ਗਿਆ ਲੈ, ਖੜਨੇ ਹੀ ਆ ਉਹਨੇ, ਉਹ ਤਾਜ਼ਾ ਦਿੱਤੇ, ਨਹੀਂ ਹੁਣ ਤੂੰ ਮੇਰੀ ਗੱਲ ਸੁਣ, ਸਿਆਣਾ ਬਿਣ ਕੱਲ ਇਹਨੇ 4000 ਤੋਂ ਵੀ ਲਿਆ, ਤੂੰ ਵੀ ਮੈਂਬਰ ਨੂੰ ਪੈਸੇ ਦੇ ਦੇ, ਹੋਰ ਯਾਰ ਓਏ ਮੇਰਾ ਸਾਲਾ ਤੂੰ ਕਿਉਂ ਦਿੱਤੇ, ਇਹ ਤਾਂ ਮੇਰੇ ਨਹੀਂ ਮੋੜਦਾ ਪਹਿਲਾਂ, ਤੈਨੂੰ ਕੀ ਪਤਾ ਦੀ ਵੀ ਐ ਹੋਊਗਾ ਬੱਡਾ, ਤੈਨੂੰ ਕੀ ਪਤਾ ਇਹ ਤਾਂ ਤੇਰਾ ਸਾਥ ਬਣਾਇਆ, ਸ਼ੁਕਰ ਕਰ, ਜਾ ਯਾਰ ਸ਼ਰਮ ਲਾਈ ਆ ਮੈਂਬਰਾ, ਤੂੰ ਤਾਂ ਸਿਆਣਾ ਬੰਦਾ, ਤੜਕੇ ਹੀ ਆ ਗਏ, ਨਹਾਤੇ ਧੋਤੇ ਵੀ ਨਹੀਂ ਹਲੇ, ਕਬੂਤਰਾ ਕਿਹਾ ਕੀ ਤੀ, ਹਾਂ ਵੀ ਕੱਲ ਨੂੰ ਆ ਜਾ, ਕੱਲ ਨੂੰ ਆ ਜਾ, ਹਾਂ ਤੇ ਅੱਜ ਕੀ ਹੈ, ਅੱਜ ਹੈ ਕਿਹੜੇ ਸਕੂਲ ਚ, ਤੂੰ ਪੈਸੇ ਦੇ ਲੇਕਿਨ ਆ ਮੈਨੂੰ ਐ ਗੱਲ, ਓ ਯਾਰ ਹਲੇ ਹਲੋ ਜਿੰਦੀ ਅਟੈਕ ਹੋ ਗਿਆ, ਆ ਜਾਓ ਇੱਥੇ, ਮੈਂ ਨਹੀਂ ਦਿੰਦਾ, ਮੇਰਾ ਪਿਓ ਤਾਂ ਯਾਰ ਸਿਵੇ ਚ ਪਿਆ, ਜਾ ਲਿਓ ਤੋਂ ਲੈ ਲੂ, ਜਾ ਪਾਪੇ ਤੋਂ ਲੈ ਲੂ, ਮੈਂ ਨੀ ਦਿੰਦਾ, ਮੇਰੀ ਗੱਲ ਸੁਣ ਲਾ ਮੈਂਬਰ, ਇਹਨੇ ਸੂਦ ਨੀ ਹੋਣਾ, ਅੰਦਰ ਨਾ ਵਾੜ, ਇਹਨੇ ਕੁੱਟਿਆ ਮੇਰੇ ਹਲਾ, ਮੇਰਾ ਸੱਪ ਕਾਲੂ ਗਲ ਪਾਉਣਾ, ਇਹਨੂੰ ਪੰਚਾਇਤ ਚ ਬੁਲਾ, ਬੁਲਾ ਲਾ ਪੰਚਾਇਤ ਚ, ਬੁਲਾ ਲਾ ਬੁਲਾ ਲਾ ਬੁਲਾ ਲਾ ਬੁਲਾ ਲਾ ਬੁਲਾ ਲਾ, ਤੁਹਾਨੂੰ ਕਿਹਾ ਸੀ ਨਾ ਦਿੰਦੇ, ਤੁਹਾਨੂੰ ਨੀ ਪਤਾ ਮੇਰਾ ਰਿਕਾਰਡ ਮਾੜਾ, ਚੰਗਾ ਰਹੇਗਾ, ਚੰਗਾ ਮਾੜੇ ਦਾ ਆਪਾਂ ਨੂੰ ਨੀ ਪਤਾ, ਵੀ ਆਪਾਂ ਨੀ ਯਾਰ ਨੀ ਦਿੰਦੇ, ਮਾਰ ਦਿਓ ਮੈਨੂੰ, ਉਹ ਮੇਰੀ ਗੱਲ ਸੁਣ ਲਓ, ਪੰਚਾਇਤ ਹੀ ਕਰ ਲਓ ਯਾਰ, ਉਦੋਂ ਪੈਸੇ ਦੇ ਦੇ, ਉਹ ਨਹੀਂ ਦੇਣੇ, ਇੱਥੇ ਅਣਖਾਂ ਦਾ ਸਵਾਲ ਹੋ ਗਿਆ, ਇੱਜਤਾਂ ਦਾ ਸਵਾਲ ਹੋ ਗਿਆ, ਮੇਰੇ ਤਾਂ ਤੁਸੀਂ ਹੱਥ ਚੱਕਿਆ, ਹੱਥ ਚੱਕਿਆ, ਹਰੇ ਜੇ ਨਹੀਂ ਚੱਕਾਂਗੇ ਹੋਰ ਕਰਾਂਗੇ ਕੀ ਅਸੀਂ, ਹਾਂ ਤੇ ਨਾ ਦਿੰਦੇ, ਪੈਸੇ ਦੇ ਦਿਓ, ਪੰਚਾਇਤ ਹੀ ਸਾਡੀ, ਪੰਚਾਇਤ ਸਾਡੀ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ, ਹੈ ਆਪਾਂ ਸਵੇਰੇ ਪੰਚਾਇਤ ਬੁਲਾਉਣੇ ਆ, ਉੱਥੇ ਬੁਲਾਉਣੇ ਆ, ਤੂੰ ਕੱਲ ਨੂੰ ਦੇ ਦੀ ਚੱਲ, ਹੈ ਕੱਲ ਨੂੰ ਦੇ ਦੀ, ਸਾਨੂੰ ਬਦਮਾਸ਼ਾਂ ਨੂੰ ਲੈ ਜਾ,
ਤੂੰ ਤੜਕੇ ਫਿਰ ਤਿਆਰ ਰਹੀ ਜਾ, ਮੈਂ ਤੜਕੇ ਤੜਕੇ ਨਹੀਂ ਹੁਣੀ ਬੁਲਾ ਮੈਂਬਰ ਪੰਜਾਬ ਸਾਦਰਾ ਸਾਦਰਾ ਜਾ ਕਰ ਲੋ ਬਾਅਦ ਚ ਮੈਂ ਕਹਿਣਾ ਹੁਣੇ ਬੁਲਾ ਸਾਦਰਾ ਸਾਦਰ ਤੂੰ 10 ਮਿੰਟ ਫਿਰ ਮੈਂ ਕਹਿਣਾ ਯਾਰ ਤੁਸੀਂ ਹੁਣੇ ਹੀ ਸੱਦ ਲੋ ਹਾਂ ਉਦੋਂ ਦੇਣ ਲੱਗੇ ਨਹੀਂ ਸੋਚਦੇ ਵੀ ਬੰਦੇ ਦਾ ਵਿਹਾਰ ਕਿਹੋ ਜਿਹਾ ਅਗਲੇ ਨੇ ਚਾਰ ਮਿੱਠੀਆਂ ਮਾਰੀਆਂ ਉਦੋਂ ਦੇ ਦਿੰਨੇ ਆ ਐਵੇਂ ਨਾਲੇ ਕਿਹਦੇ ਕਿਹਦੇ ਦੇਈ ਜਾਵਾਂ ਮੈਂ ਤਾਂ ਸਾਰੇ ਪਿੰਡ ਤੋਂ ਫੜੀ ਬੈਠਾ ਇੱਕ ਗੱਲ ਹੈ ਪੰਡ ਇੱਕ ਗੱਲ ਹੈ ਕਬੂਤਰਾ ਮੇਰੇ ਸਾਲੇ ਹੱਥ ਜਾ ਫੇਰ ਗਏ ਚੱਲ ਕੋਈ ਨਹੀਂ ਮੇਰੇ ਸਾਲੇ ਅੱਠ ਉਹਤੋਂ ਲੈ ਲਿਆ ਚਾਰ ਉਦੋਂ 12,000 'ਚ ਮਾੜਾ ਜਿਹਾ ਕੰਨ 'ਤੇ ਮਾਰ ਕੇ ਕੁਛ ਨਹੀਂ ਹੁੰਦਾ ਓਏ ਆਪਣਾ ਤਰਨ ਓਏ ਬੋਤਲ ਅੰਗਰੇਜ਼ੀ ਦੀ ਲਿਆਈ ਫੜ ਕੇ ਅੱਜ ਓਏ ਗੱਲ ਕੀ ਹੋਈ ਹੈ ਗੱਲ ਤਾਂ ਆ ਯਾਰ ਤੂੰ ਆਪਣਾ ਕਬੂਤਰ ਨਹੀਂ ਹੈਗਾ ਕਬੂਤਰ ਹਾਂ ਉਹ ਪੈਸੇ ਲੈ ਲਿਆ ਮੈਥੋਂ ਅੱਛਾ ਠੀਕ ਹੈ ਨਾ 4,000 ਰੁਪਇਆ ਤਾਂ ਮੇਰਾ ਅੱਛਾ ਤੇ ਕੁਛ ਚੇਅਰਮੈਨ ਦੇ ਨੇ ਚੇਅਰਮੈਨ ਦੇ ਕਿੰਨੇ ਕੁ ਪੈਸੇ ਤੁਹਾਨੂੰ ਮੈਂ ਤਾਂ ਚੇਅਰਮੈਨ ਨਾਲ ਗਿਆ ਸੀ ਅੱਛਾ ਠੀਕ ਆ ਚੇਅਰਮੈਨ ਨਾਲ ਗਿਆ ਵੀ ਚੱਲ ਕੋਈ ਗੱਲ ਨਹੀਂ ਤੇਰੇ ਪੈਸੇ ਵਾਪਸ ਕਰਾਉਣਾ ਠੀਕ ਆ ਉਹ ਚੇਅਰਮੈਨ ਥੋੜ੍ਹਾ ਜਿਹਾ ਸਾਈਡ 'ਤੇ ਹੋ ਗਿਆ ਉਹਨੂੰ ਆਖਿਆ ਵੀ ਚੱਲ ਮੈਂ ਗੱਲਬਾਤ ਕਰਦਾ ਅੱਛਾ ਗੱਲਬਾਤ ਕਰਦੇ ਕਰਦੇ ਨੇ 4,000 ਰੁਪਏ ਮੈਥੋਂ ਕਢਾ ਲੈਣ ਇੱਥੋਂ ਕਾਹਦਾ ਲੈ ਗਿਆ ਇੱਥੋਂ ਵਿਧਾਰੀ ਲੈ ਗਿਆ ਹਾਂ ਅੱਛਾ ਮੇਰਾ ਹਾਲਾ ਰੋਜ਼ ਬੱਕਰਾ ਖਾਣ ਨਾਲ ਨਾ ਅੰਦਰ ਗਰਮੀ ਪੈ ਜਾਂਦੀ ਮੇਰੇ ਹਾਲੇ ਦੀ ਉਧਰੋਂ ਕਾਬਜ਼ ਨਹੀਂ ਟੁੱਟ ਰਹੀ ਫਿਰ ਤਾਂ ਕਾਫੀ ਪੈਸੇ ਫੜੀ ਬੈਠਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂਬਰ ਸਾਹਿਬ ਆਇਆ ਨਹੀਂ ਹਾਲੇ ਉਹ ਆਉਂਦਾ ਗਾ ਬੁਲਾਇਆ ਹੋਇਆ ਸਰਪੰਚ ਆ ਮੇਰੀ ਗੱਲ ਸੁਣ ਲਓ ਉਹਨੂੰ ਬੁਲਾ ਬਾਈ ਬਣ ਕੇ ਬੁਲਾਇਆ ਹੋਇਆ ਸਾਲੇ ਨੇ ਇੰਨਾ ਠੱਠ ਕਰਿਆ ਨਾ ਹੱਦ ਤੋਂ ਵੱਧ ਜ਼ਿਆਦਾ ਮੇਰੀ ਸੁਣ ਗਾ ਅੱਛਾ 10,000 ਰੁਪਏ ਲੈ ਲਿਆ ਕਹਿੰਦਾ ਮੈਂ ਰੇੜੀ ਦਾ ਸਮਾਨ ਪਾਉਣਾ ਰੇੜੀ ਲਿਆਇਆ ਪਤਾ ਨਹੀਂ ਕਿੱਥੋਂ ਚੱਕ ਅੱਛਾ ਮੇਰਾ ਸਾਲਾ ਕਹਿੰਦਾ ਮੈਂ ਮਹੀਨੇ 'ਚ ਮੋੜ ਦੂੰ ਇੱਕ ਮਹੀਨਾ 5 ਦਿਨਾਂ 'ਚ ਮੈਂ ਚੱਲ ਇੱਕ ਮਹੀਨਾ 10 ਦਿਨ ਲੈ ਲਿਆ ਰੁਪਈਆ ਨਹੀਂ ਮੋੜਿਆ ਕੰਜਰ ਦੇ ਨੇ ਯਾਰ ਇੱਕ ਵੀ ਮੋੜ ਇੱਕ ਸਾਡਾ ਇਹਨੂੰ 4,000 ਨੂੰ ਹੋਰ ਰਗੜਦਾ ਇਹਨੂੰ ਨਾਲ ਲੈ ਗਿਆ ਮੈਂ 4,000 ਰੁਪਏ ਮੇਰਾ ਲੈ ਗਿਆ ਉਹਨੂੰ ਬੁਲਾ ਯਾਰ ਸਰਪੰਚ ਫੋਨ ਕਰ ਬੁਲਾਇਆ ਹੋਇਆ ਚੌਕੀਦਾਰ ਭੇਜਿਆ ਹੋਇਆ ਉਹਨੂੰ ਲੈਣ ਵਾਸਤੇ ਉਹ ਪਹਿਲਾਂ ਫੋਨ ਕਰਿਆ ਸੀ ਦੋ ਵਾਰੀ ਚੱਕ ਯਾਰ ਹੁਣ ਇੱਕ ਵਾਰੀ ਇਹਨੂੰ ਕਹਦੇ ਆ ਯਾਰ ਕਾਰਵਾਈ ਬਣ ਕੇ ਕਬੂਤਰ ਨੂੰ ਆ ਕਿਹਦਾ ਨੰਬਰ ਤਾਂ ਯਾਰ ਜਾਣਿਆ ਪਛਾਣਿਆ ਹਾਂਜੀ ਕਿਹੜਾ ਸਰਪੰਚ ਹਾਂ ਹਾਂ ਕਿਵੇਂ ਆ ਸਰਪੰਚ ਕੋਟ ਦੁਨੀਆ ਵਾਲਾ ਹਾਂ ਹਾਂ ਵਧੀਆ ਤੂੰ ਸੁਣਾ ਮੈਨੂੰ ਲੱਗ ਗਿਆ ਪਤਾ ਬੈਠੀਆਂ ਤੇਰੇ ਕੋਲ ਦੋਨੇ ਜੂਠਾਂ ਇਹ ਸਰਪੰਚ ਮੇਰੇ ਤਾਂ ਘਰੇ ਆ ਕੇ ਹੱਥ ਚੱਕ ਕੇ ਗਏ ਆ ਤੇਰੇ ਮੂੰਹ ਨੂੰ ਮੈਂ ਠਾਣੇ ਰਫਟ ਨਹੀਂ ਦਿੱਤੀ ਕਿੰਨਾ ਇਹਨਾਂ ਦੇ ਘਰੇ ਆ ਜਾਗੇ ਆ ਗਿਆ ਆ ਗਿਆ ਮੈਨੂੰ ਪਹਿਲਾਂ ਪਤਾ ਸੀ ਮੇਰੇ ਸਾਲੇ ਉੱਥੇ ਸੱਦਣਗੇ ਚੱਲ ਚੱਲ ਮਨਾ ਚੱਲ ਹੀ ਚੱਲ ਗੜਾਸਾ ਚੱਕ ਲਾ ਗੜਾਸਾ ਨਾ ਚੱਕ ਕਬੂਤਰਾ ਕਬੂਤਰਾ ਗੜਾਸਾ ਨਾ ਚੱਕ ਤਾਂ ਇੱਥੋਂ ਤੱਤੇ ਘਾਤ ਗਾਲ ਲੈ ਜਾਣੇ ਰਹਿਣ ਦੇ ਨਾ ਨਾ ਰਹਿਣ ਦੇ ਚੱਕ ਲੈ ਯਾਰ ਦੇਖੀ ਜਾਊ ਠੀਕ ਹੈ ਨਾ ਮੁੜ ਕੇ ਕੋਈ ਪਤਾ ਹੁੰਦਾ ਨਹੀਂ ਮੇਰਾ ਸਾਲਾ ਕੀ ਲਿਵਣੇ ਮਾਰ ਦੂ ਦੋਨੇ ਹੀ ਕਤਲ ਯਾਰ ਮੇਰੇ ਤਾਂ ਵਾਜਬ ਹੋ ਗਏ ਦੋਨੇ ਕਤਲ ਅੱਜ ਤਾਂ ਹੋਣੇ ਆ ਅੱਜ ਤਾਂ ਕਤਲਾਂ ਦੇ ਕਤਲ ਹੋਣੇ ਆ ਇੱਥੇ ਆਜ ਤੱਕ ਵਾਲੇ ਕੱਲ੍ਹ ਤੱਕ ਵਾਲੇ ਪਰਸੋਂ ਤੱਕ ਵਾਲੇ ਚੌਥੇ ਤੱਕ ਵਾਲੇ ਸਾਰੇ ਚੈਨਲ ਲਾਉਣਗੇ ਕਤਲੋ ਗਰਦ ਮਚਾ ਦੂੰਗਾ ਇਹਨਾਂ ਨੂੰ ਪਤਾ ਨਹੀਂ ਠੀਕ ਹੈ ਨਾ ਸਾਲੇ ਮੇਰੇ ਹੱਥ ਚੱਕ ਕੇ ਤਾਂ ਗੁੱਸਾ ਠੰਡਾ ਸੀ ਮੇਰਾ ਇਹਨਾਂ ਦੀ ਕਿਸਮਤ ਤੇਜ਼ ਸੀਗੀ ਮੇਰੇ ਸਾਲਿਆਂ ਦੀ ਵਧੀ ਸੀਗੀ ਮੇਰੀ ਕਿਸਮਤ ਠੰਡੀ ਸੀਗੀ ਅਤੇ ਮੇਰੀ ਕਿਸਮਤ ਅੱਤੀ ਸੀ ਇਹਨਾਂ ਦੀ ਠੰਡੀ ਸੀ ਆ ਖੜੇ ਆ ਪਹਿਲੇ ਮੋਟਰਸਾਈਕਲ ਜੇ ਖੜਾਈ ਇਹ ਨਹੀਂ ਪਤਾ ਸਰਪੰਚ ਦਾ ਵੀ ਕਤਲ ਕਰ ਦਿਆ ਦੇਖੀ ਜਾਓ ਸਰਪੰਚ ਵੀ ਦੇਖ ਲਾ ਮਿਸਤਰੀ ਪਤਿਆਉਰਾ ਹਟਣ ਹੀ ਨਹੀਂ ਦਿੰਦਾ ਜਦੋਂ ਦਾ ਸਰਪੰਚ ਬਣਿਆ
ਲੈ ਮੈਸਤਰੀ ਨਹੀਂ ਹਟਿਆ ਗਾ ਵੀ ਇਹਨਾਂ ਦੇ ਮਾਜਮਾ ਲਾਈ ਬੈਠਿਆ ਪੂਰਾ। ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕਿਵੇਂ ਆ? ਵਧੀਆ। ਹੋਰ ਮੈਂਬਰ ਸਾਹਿਬ ਠੀਕ ਹੋ? ਵਧੀਆ ਵਧੀਆ। ਹਾਂ ਕਿਵੇਂ ਆ? ਲੱਗ ਗਿਆ ਮਗਰ ਇਹਦੇ, ਲੱਗ ਗਿਆ ਮਗਰ ਇਹਦੇ। ਲੈ ਲਈ ਹੁਣ ਚੈੱਕ, ਕੁਰਸੀ ਲੈ ਕੇ ਮੇਰੇ ਵਾਸਤੇ, ਠੀਕ ਹੈ ਨਾ? ਹੋਰ ਸਰਪੰਚ ਸਾਹਿਬ ਕਿਉਂ ਸ਼ਰਮ ਨੂੰ? ਮੈਂ ਕਿਸੇ ਦੀ ਕੁੜੀ ਕੱਢ ਲਈ ਸਰਪੰਚ ਸਾਹਿਬ ਤੁਹਾਡੀ ਮਹਿਮਾ ਪੂਰਾ ਬਰਨਾਲੇ ਜ਼ਿਲ੍ਹੇ ਚ। ਪਰਸੋਂ SSP ਸਾਹਿਬ ਕੋਲੇ ਗਏ ਸੀ, ਉਹ ਵੀ ਕਹਿੰਦੇ ਵੀ ਤੁਹਾਡੇ ਪਿੰਡ ਵਾਲਾ ਸਰਪੰਚ ਵਧੀਆ। ਜਿਹੜਾ ਤੂੰ ਇਹ ਪੁਰਾਣਾ ਸੱਭਿਆਚਾਰ ਲਿਆ ਰਿਹਾ, ਜਿਵੇਂ ਜਿਹੜੀਆਂ ਪਿੰਡ ਦੀਆਂ ਇੱਟਾਂ ਨਾਲੀਆਂ ਪੱਟ ਕੇ ਇੱਥੇ ਲਾ ਰਿਹਾ, ਵਧੀਆ ਥੱਲੇ ਨੱਪੀਆਂ ਪਈਆਂ ਸੀ, ਹੁਣ ਦਿਸਤਾ ਰਹੀ, ਵਧੀਆ ਕਰ ਰਹੇ ਹੋ ਸਰਪੰਚ ਸਾਹਿਬ, ਵਧੀਆ ਵਧੀਆ ਵਧੀਆ। ਤੇਰਾ ਇੱਕ ਕਮਰਾ ਜਾ ਆਇਆ ਪਿਆ, ਉਹ ਪਵਾ ਕੇ ਦਿੰਨੇ ਆ। ਲਾ ਓਏ ਸਰਪੰਚਾ, ਤੇਰੇ ਵਰਗੇ ਪੁੱਤ ਘਰ ਘਰ ਨਹੀਂ ਜੰਮਣੇ ਓਏ। ਅੱਜ ਕਹਿਦਾ ਜਾ ਚਾਰ ਤਾਰ ਰਜਿਸਟਰਾਂ ਦੇ ਪੱਕਾ ਹੀ, ਜਿੰਨਾ ਚਿਰ ਇਹ ਪ੍ਰੈਸ ਦੀ ਰਹੂਗੀ ਉਹਨਾਂ ਚਿਰ ਸਰਪੰਚ ਤੁਹਾਡੇ ਘਰ ਹੀ ਰਹੂਗੀ। ਸਰਪੰਚ ਜੀ ਪਲੱਸ ਬਾਥਰੂਮ ਤੇਰਾ ਜਮਾ ਦੂਜਾ, ਹਾਏ ਹਾਏ ਹਾਏ, ਲੀਂਡਾ ਤਿਲਕ ਕੇ ਜਾਇਆ ਕਰੇ ਮੇਰਾ ਆਸ ਵਾਲਾ। ਤੂੰ ਜਿਵੇਂ ਮਰਜ਼ੀ ਲਾ ਲਾ ਜਮਾ ਦੂਜਾ ਬਣਾ ਕੇ ਦੇਵਾਂ। ਵਾਹ ਠੀਕ ਹੈ ਸਰਪੰਚਾ, ਤੇਰੀ ਮਹਿਮਾ ਯਾਰ, ਮਹਿਮਾ ਤੇਰੀ। ਇੱਕ ਮੋਟਰ ਕਨੈਕਸ਼ਨ ਆਇਆ, ਮੈਂ ਕਹਿੰਦਾ ਉਹ ਵੀ ਤੇਰੇ ਵਾਸਤੇ ਭੇਜ ਦਾਂ। ਲਾ ਦੇ ਸਰਪੰਚਾ ਬਾਰੇ ਹਾਏ ਹਾਏ ਹਾਏ, ਨੌਂ ਕਨੈਕਸ਼ਨ ਆਏ ਪਏ ਨੇ ਆਪਣੇ। ਓਹੋ, ਉਹ ਤਾਂ ਸਰਪੰਚਾ ਤੇਰੇ ਤੇ ਮਾਣ ਹੈ, ਸਾਨੂੰ ਪਤਾ ਹੈ ਯਾਰ, ਸਾਨੂੰ ਇਸ ਗੱਲ ਦਾ ਪਤਾ, ਠੀਕ ਹੈ? ਉਹ ਗੱਲਾਂ ਕੀ ਓਏ, ਹੈਲੋ ਮੈਂ ਛਿੱਟੇ ਮਾਰ ਲੈਣ ਦੇ ਮੈਨੂੰ 5 ਮਿੰਟ ਸਰਪੰਚੇ ਦੇ, ਹਲੇ ਮੈਂ ਲੱਗੇ ਪਏ ਯਾਰ। ਗੱਲ ਕੀ ਕਰਨੀ ਆ ਟੱਟੂ, ਜਿੱਦਾਂ ਇਹ ਬੰਦਾ ਸਰਪੰਚ, ਇਹੋ ਜਿਹਾ ਸਰਪੰਚ ਕਦੇ ਹਰੇਕ ਪਿੰਡ 'ਚ ਨਹੀਂ ਹੋਣੇਗੇ। ਮਾਰਦੇ ਗੱਲਾਂ ਸਰਪੰਚੀਆਂ ਕਦੇ ਸੌਖੀਆਂ ਕਰਨੀਆਂ, ਇਹ ਤਾਂ ਇਹੀ ਕਰ ਗਿਆ ਮਾਂ ਦਾ ਪੁੱਤ। ਸਰਪੰਚ ਤਾਂ ਮੈਨੂੰ ਮਿਲ ਰਹੀ ਸੀ, ਮੈਂ ਕਿਹਾ ਵੀ ਨਹੀਂ ਮੀਤੋ ਕਹਿਲੇ ਨੂੰ ਦਿਓ। ਇਹਨੇ ਬਹੁਤ ਛੱਕੇ ਮਾਰਤੇ, ਹੁਣ ਤੂੰ ਜਿਹੜੀ ਗੱਲ ਕਰਨੀ ਆ ਉਹ ਯਾਰ, ਗੱਲ ਕੀ ਕਰਨੀ ਦੱਸ, ਗੱਲ ਕੀ ਕਰਨੀ ਹੈ? ਗੱਲ ਅਸੀਂ ਆਪਦੀ ਗੱਲ ਕਰ ਰਹੇ ਹਾਂ, ਪਤਾ ਹੀ ਹੈ ਸਰਪੰਚ ਨੂੰ ਕੀ ਪਤਾ, ਸਰਪੰਚ ਨੂੰ ਸਾਰਾ ਪਤਾ। ਤੂੰ ਜਾਣਦੇ ਓ, ਜਾਣਦੇ ਮੈਂ ਸਰਪੰਚ ਨਾਲ ਗੱਲ ਕਰ ਰਿਹਾ, ਤੂੰ ਮੇਰੇ ਅਸਲੇ ਵਿੱਚ ਬੋਲ ਰਿਹਾ, ਇਹਦਾ ਮਤਲਬ ਸਰਪੰਚ ਫੁੱਦੂ ਹੈ। ਸਰਪੰਚ ਫੁੱਦੂ ਹੈ ਇਹਦਾ ਮਤਲਬ, ਹਾਂ ਤਾਂ ਫੁੱਦੂ ਹੋ ਗਿਆ ਸਰਪੰਚ ਨਾਲ ਮੇਰੀ ਗੱਲ ਚੱਲ ਰਹੀ ਹੈ, ਤੂੰ ਵਿੱਚ ਐਵੇਂ ਆਪਦਾ ਬਾਂਸ ਤੂੰ ਨਹੀਂ ਤੁਰਿਆ ਆਉਣੇ। ਗੱਲ ਕਿਹੜੀ ਹੈਗੀ, ਕਿਹੜੀ ਕੀ ਪਤਾ ਸਰਪੰਚ ਨੂੰ? ਸਰਪੰਚ ਨੂੰ ਲਾਵਾ ਲੁੱਤੀਆਂ ਲਾਤੀਆਂ ਤੁਸੀਂ ਆ ਕੇ, ਅਸਲੀ ਆ ਤਾਂ ਤੁਹਾਡਾ ਚੱਠਾ ਹੀ ਮੂਹਰੇ ਆਇਆ ਨੀ, ਜਦੋਂ ਮੈਂ ਚੱਠਾ ਖੋਲਿਆ ਉਦੋਂ ਆਉਣਾ ਸਾਰਾ ਮੂਹਰੇ। ਕੋਈ ਗੱਲ ਨੀ ਫਿਰ, ਆ ਸਰਪੰਚ ਕੋਕ ਮੰਗਾ ਲੈ, ਮਾਰਦੇ ਆ ਗੱਲਾਂ ਜੀ। ਬਿੰਦੂ ਓਏ ਕੋਕ ਲਿਆ। ਓਏ ਸਰਪੰਚ ਐ ਨਹੀਂ ਨੇ ਸਾਰਾ ਦਿਨ ਮੁੱਕਣ ਦਾ, ਕੋਕ ਪਾ ਦੇ ਨਾ, ਗੱਲ ਕਰ ਯਾਰ। ਇੰਟਰਲੋਕ ਲਾ ਦੇ ਪੈਸਿਆਂ ਦੀ ਗੱਲ, ਕਿਹੜੇ ਪੈਸਿਆਂ ਦੀ ਗੱਲ? ਸਰਪੰਚਾ 9 ਮਹੀਨੇ ਹੋ ਗਏ ਬੰਦੇ ਨੇ ਯਾਰ ਮੈਨੂੰ ਜਾਣ ਨਹੀਂ ਦਿੱਤਾ, ਠੀਕ ਹੈ ਨਾ? ਮੰਨਿਆ ਮੈਂ ਪੈਸੇ ਲਏ ਆ ਯਾਰ, ਠੀਕ ਹੈ ਨਾ? ਫਿਰ ਦੇ ਫਿਰ ਸਰਪੰਚ। ਮੈਂ ਇਹਨੂੰ ਆਖਿਆ ਵੀ ਕੱਲ੍ਹ ਨੂੰ ਲੈ ਜੀ, ਇਹਨੇ ਸਰਪੰਚ ਸਾਹਿਬ ਗੇੜੇ ਮਾਰ ਮਾਰ ਕੇ ਸਾਡੇ ਵਾਲੀ ਵੀ ਘਸਾ ਤੀ, ਠੀਕ ਹੈ? ਪੱਕੀ ਬਣਾਉਣ ਦੀ ਲੋੜ, ਤਾਂ ਹੀ ਦੁਬਾਰਾ ਪੱਕੀ ਬਣਾਉਣ ਦੀ ਲੋੜ ਪੈਗੀ। ਸਰਪੰਚਾ ਮੇਰੀ ਗੱਲ ਸੁਣ ਲੈ, ਇਹਨੂੰ ਸਿੱਧਾ ਹੋ ਕੇ ਕਹਿ ਯਾਰ ਸਿੱਧਾ ਮੇਰਾ 10,000 ਰੁਪਏ ਦੇ। ਹਾਂ ਯਾਰ ਦੇ, 10,000 ਰੁਪਈਆ ਦੇ ਤੇਰਾ ਯਾਰ, ਲੇਖਾ ਮਾਮਾ ਧੀਆਂ ਦਾ ਦੇ ਦਿਆਂਗੇ ਜਦੋਂ ਹੋਏ ਦੇ ਦਿਆਂਗੇ। ਗੱਲ ਸੁਣ, ਗੱਲਾਂ ਸਾਰੀਆਂ ਮਕਾਰ ਪਈਆ, 14,000 ਧਾਰ ਸਾਡਾ ਕੰਮ ਨਿਕਲ। 4,000 ਰੁਪਈਆ ਹੋਰ ਯਾਰ, ਝੂਠ ਨੀ ਬੋਲਦੇ ਨਾ ਸਰਪੰਚਾ, ਮਾਂ ਪਿਓ ਨੇ ਇੱਕੋ ਹੀ ਗੱਲ ਸਿਖਾਈ ਸੀ, ਝੂਠ ਨੀ ਬੋਲਣਾ।
ਦਸ ਉਹਦਾ ਦੇਣਾ, ਚਾਰ ਇਹਦਾ ਦੇਣਾ, ਦੇਣਾ। ਹਾਂ ਮੈਂਬਰ ਸਾਹਿਬ ਕੀ ਬਣਾਈਏ ਫਿਰ ਇਹਦਾ? ਇਹਦੀਆਂ ਸ਼ਿਕਾਇਤਾਂ ਤਾਂ ਪਹਿਲਾਂ ਵੀ ਬਹੁਤ ਆਉਂਦੀਆਂ। ਅੱਛਾ, 5000 ਤਾਂ ਮੈਂ ਵੀ ਲੈਣਾ ਤੂੰ। ਓਦਾਂ ਮੈਂ ਵੀ ਲੈਣਾ। ਵੇਖ ਲਾ ਆਹ ਬੈਠਾ ਬੰਦਾ ਮੂੰਹ ਤੇ ਗੇੜੇ ਮਾਰ ਮਾਰ ਹੰਬ ਗਿਆ, ਆਪਾਂ ਦਿੱਤੇ ਨੀ, ਅਗਲਾ ਹਟ ਗਿਆ। ਤੁਸੀਂ ਤਾਂ ਮੈਂ ਗਰੀਬ ਪੈ ਗਿਆ ਫਿਰ, ਇਹ ਤਾਂ ਸਿੱਖ ਲਓ ਕੁਛ, ਸਿੱਖੋ ਇਹ ਤਾਂ ਕੁਛ। ਮੈਂ ਤਾਂ ਛੱਡ ਹੀ ਦਿੱਤੇ। ਛੱਡਤੇ ਉਹਨੇ ਤਾਂ ਤੁਸੀਂ, ਇਹ ਤਾਂ ਸਿੱਖੋ, ਸਿਆਣਾ ਪਿਆਣਾ ਬੰਦਾ ਓਏ, ਸਿਆਣਾ ਪਿਆਣਾ ਬੰਦਾ, ਇਹ ਤਾਂ ਸਿੱਖੋ। ਕਬੂਤਰਾ ਗੱਲ ਸੁਣਾ ਸਰਪੰਚ, ਇਹਨੇ ਛੱਡਤੇ ਹੋਣਗੇ ਮੈਂਬਰ ਨੇ, ਅਸੀਂ ਨਹੀਂ ਬਈ ਪੈਸੇ ਛੱਡਦੇ। ਹਾਂ ਠੀਕ ਹੈ, ਛੱਡਦਾ ਨਹੀਂ ਤੂੰ। ਮੈਂਬਰ ਨੇ ਛੱਡਤੇ, ਨੌ ਮੈਂ ਵੀ ਲੈਣਾ ਜੀ। ਅੱਛਾ, ਨੌ ਮੈਂ ਵੀ ਲੈਣਾ। ਓ ਮੈਂ ਸਰਪੰਚ ਤਾਂ ਹੁਣ ਲੈ ਲੈ, ਕੋਈ ਨਹੀਂ, ਮੈਂ ਕਬੂਤਰ ਦਾ ਲੈਣਾ ਹੈ। ਨੌ ਜਦੋਂ ਮਰਜ਼ੀ ਲੈ ਲੈ ਕਬੂਤਰ, ਕਹੀ ਚੱਲ ਕੋਈ ਦਿੱਕਤ ਨਹੀਂ। ਨਾ ਪੈਸੇ ਲੈਣੇ ਕਿ ਨਾ ਲੈਣਾ? ਪੈਸੇ ਪੈਸੇ ਇੱਕ ਗੱਲ ਸੁਣੋ, ਜਦੋਂ ਤਾਂ ਦੇਣੇ ਹੁੰਦੇ ਆ ਉਦੋਂ ਤਾਂ ਪੰਚਾਇਤਾਂ 'ਚ ਦਿੰਦੇ ਨਹੀਂ, ਜਦੋਂ ਲੈਣੇ ਹੁੰਦੇ ਉਦੋਂ ਪੰਚਾਇਤਾਂ 'ਚ ਲੈਂਦੇ ਆ। ਹੈ ਇੱਕ ਗੱਲ ਗਈ ਕਿੱਧਰ ਨੂੰ ਇਹ? ਦੱਸ ਸਰਪੰਚ ਲੈ ਲੈ ਹੈਗਾ। ਉਹ ਯਾਰ ਦੀਨ ਧਰਮ ਤੁਹਾਡਾ ਹੈਗਾ, ਤੁਹਾਡਾ ਹੈਗਾ। ਉੱਧਰ ਤਾਂ ਕਹਿੰਦਾ ਸੀ ਕਾਮਯਾਬ ਹੋ, ਹੁਣ ਕਾਮਯਾਬ ਹੋਈਏ ਟੱਟੂ, ਕਾਮਯਾਬ ਹੋਣ ਲੱਗੇ ਤੁਸੀਂ ਲੱਤਾਂ ਨੂੰ ਜੂੜ ਪਾ ਲੈਂਦੇ ਆ ਤੁਸੀਂ। ਸਾਡਾ ਦੀਨ ਧਰਮ ਹੈਗਾ ਜੀ, ਤਾਂ ਹੀ ਪੈਸੇ ਦਿੱਤੇ ਤੈਨੂੰ, ਤੇ ਤੁਹਾਨੂੰ ਪਤਾ ਨਹੀਂ ਮੇਰੇ ਬਾਰੇ ਵੀ, ਮੈਂ ਭੈਣ ਦਾ ਰਿਕਾਰਡ ਮੇਰਾ ਕਿਹੋ ਜਿਹਾ, ਤੁਸੀਂ ਸੋਚੋ। ਉਹ ਸਰਪੰਚਾ ਦੇਖ, ਮੇਰਾ ਕੋਈ ਕਸੂਰ ਨਹੀਂ, ਕਸੂਰ ਹੈ ਇਹਨਾਂ ਦਾ। ਉਹ ਮੈਨੂੰ ਤਾਂ ਕੋਈ ਜਰਦੇ ਦੀ ਪੁੜੀ ਨਹੀਂ ਧਾਰ ਦਿੰਦਾ, ਇਹਨਾਂ ਨੇ ਪੈਸੇ ਫੜਾ ਤੇ, ਹੁਣ ਭੁਗਤਣਾ ਆਪਦੀਆਂ। ਸਰਪੰਚ ਮੇਰੀ ਗੱਲ ਸੁਣ ਲੈ, ਇਹ ਰੋਜ਼ ਕਹਿੰਦਾ ਕੱਲ ਨੂੰ ਦੇ ਦੂੰ, ਠੀਕ ਹੈ? ਹਾਂ, 6-7 ਮਹੀਨੇ ਹੋ ਗਏ ਨੇ ਮੇਰੇ ਪੈਸੇ ਨੇ ਤੇ ਬਾਈ। ਚਲ ਫਿਰ ਕੱਲ ਨੂੰ ਦੇ ਦੇ। ਹਾਂ ਕੱਲ ਨੂੰ ਦੇ ਦੂੰ। ਉਹ ਨਹੀਂ ਦਿੰਦਾ, ਕੱਲ ਨੂੰ ਦੇ ਦੂੰ। ਸਰਪੰਚਾ ਮੇਰੀ ਗੱਲ ਸੁਣ ਲੈ ਇੱਕ ਮਿੰਟ ਬੰਦੇ ਵਾਲੀ, ਠੀਕ ਹੈ? ਇਹ ਤੂੰ ਐਂ ਕਰ ਲੈ, ਇੱਕ ਦਿਨ ਲੈ ਲੈ ਤੂੰ ਪੱਕਾ, ਜਿੱਦਾਂ ਦੇਣਾ ਚਾਹੇ 2 ਦਿਨ ਵੱਧ ਦੇ ਇਹਨੂੰ ਦੇ, ਠੀਕ ਹੈ ਜੀ? ਮੈਨੂੰ ਮਨਜ਼ੂਰ ਆ ਵੀ, ਸਾਨੂੰ ਵੀ ਮਨਜ਼ੂਰ ਆ, ਠੀਕ ਆ? ਮੈਂ ਇੱਕ ਟਾਈਮ ਦੇਊਂ, ਇੱਕ ਮਿੰਟ ਕਬੂਤਰਾ, ਤੁਹਾਨੂੰ ਸਾਰਿਆਂ ਨੂੰ ਮਨਜ਼ੂਰ ਆ ਇੱਕ ਦਿਨ? ਫਿਰ ਬਿੰਦਕ ਨੂੰ ਨਾ ਕਹੋ, ਮੈਂ ਤੁਹਾਡੀ ਤਲਾਕ ਨੂੰ ਨਹੀਂ ਮੰਨਣੀ। ਨਾ ਮੰਨੀ ਨਾ ਮੰਨੀ, ਬਾਈ ਇੱਕ ਦਿਨ ਲੈ ਲੈ ਅਸੀਂ, ਠੀਕ ਆ? ਮੇਰੀ ਗੱਲ ਸੁਣ ਸਰਪੰਚ, ਇੱਕ ਮਿੰਟ ਮੇਰੀ ਗੱਲ ਸੁਣ, ਜਿੱਦਣ ਦਾ ਦਿਨ ਦੇ ਤੈਨੇ ਪੱਕਾ ਇੱਕ, ਉਦੋਂ ਪਹਿਲਾਂ ਦੇ ਘਰੇ ਨਹੀਂ ਜਾਂਦੇ। ਬਸ ਠੀਕ ਆ ਸਰਪੰਚ, ਜੇ ਨਾ ਮਿਲੇ ਫਿਰ ਅਸੀਂ ਥਾਣੇ ਜਾਵਾਂਗੇ। ਹਾਂ ਫਿਰ ਮੈਂ ਕਹਿੰਦਾ ਥਾਣੇ ਜਾ, ਦਾਵਾ ਕਰ ਆਇਓ, ਠੀਕ ਆ? ਕਾਫੀ ਪੈਨ ਲਿਆ ਸਰਪੰਚ, 2 ਲੈਣਾ ਹੁਣ। ਮੈਂ ਕਹਿੰਦਾ ਦੇਖ, ਮੈਂ 1-2 ਨੂੰ ਛੱਡ, ਮੈਂ ਟਾਈਮ ਦੇਵਾਂ 1 ਦਿਨ ਪੱਕਾ, ਉਹ ਦਿਨ ਤੇ ਤੁਹਾਨੂੰ ਖੜਨਾ ਪਊ, ਮੁੰਡੇ ਤੋਂ ਕਾਫੀ ਪੈਨ ਮੰਗਾ, ਕਾਫੀ ਪੈਨ ਮੰਗਾ। ਆ ਲੈ ਕਾਕਾ ਅਮਰਿੰਦਰ ਲਿਆ ਦੇ, ਕਾਫੀ ਪੈਨ ਫੜਾ ਵੀ ਪੁੱਤ ਲਿਆ ਕੇ ਉਰੇ। ਹਾਂ ਲਿਖ ਲਿਖ, ਹਾਂ ਲੇਖ ਲਿਖਾ ਕਰ ਲਓ। ਪਰ ਇੱਕ ਗੱਲ ਆ, ਇਹਨਾਂ ਨੇ ਹੁਣ ਇਹ ਗੱਲ ਕਹੀ ਆ ਸਰਪੰਚ ਸਾਹਿਬ ਵੀ 1 ਦਿਨ ਦੇ ਦੇ ਸਾਨੂੰ, ਠੀਕ ਆ? ਵੀ ਉਹ ਦਿਨ ਤੋਂ ਮੈਂ ਨਾ ਮੁੱਕਿਆ ਪੰਚਾਇਤੇ, ਨਾ ਪੰਚਾਇਤਾਂ ਤੂੰ ਮੁੱਕਰੀ, ਠੀਕ ਆ? ਹਾਂ ਲਿਖ ਲਓ ਵੀ ਮੈਂ ਉਸੇ ਦਿਨ ਪੈਸੇ ਤੁਹਾਡੇ ਘਰੇ ਫੜਾ ਕੇ ਜਾਊਂ, ਨਾ ਹੋਇਆ ਮੇਰੇ ਤੇ ਦਾਵਾ ਕਰ ਦਿਓ, ਠੀਕ ਆ? ਲਿਖ ਲਓ ਜੀ। ਤੂੰ ਇੱਕ ਕੰਮ ਕਰੀ, ਹਾਂ ਉਦੋਂ ਪਹਿਲਾਂ ਮੈਂ ਤੈਨੂੰ ਫੋਨ ਕਰਾਂ, ਮੇਰਾ ਫੋਨ ਹੀ ਨਹੀਂ ਚੱਕੀ, ਮੈਂ ਫੋਨ ਚੱਕਣਾ ਸੋ ਦਿਨ ਤੇ ਚੱਕੀ। ਆ ਲਿਖਿਆ ਗਿਆ ਸੈਨ ਮਰਾ ਲਓ ਸਰਪੰਚ ਸਾਹਿਬ, ਸੈਨ ਮਰਾ ਸਰਪੰਚ ਯਾਰ, ਤੈਨੂੰ ਸਾਡੇ ਤੇ ਤਵਾਰੀ ਨਹੀਂ ਹੈਗੀ। ਨਹੀਂ ਤਵਾਰੀ ਹੈ, ਤਵਾਰੀ ਆ ਯਾਰ, ਇਹ ਤਵਾਰੀ ਸੀ ਤੁਹਾਡੇ ਤੇ, ਤਾਂ ਹੀ ਤੁਸੀਂ 10-10 ਹਜ਼ਾਰ ਰੁਪਏ ਦਿੱਤਾ ਹੈ? ਦਿੱਤਾ ਆਪਾਂ ਮੁੱਕਰਦੇ ਨਹੀਂ, ਮਨ ਕਰਨੀ ਹੋਏ ਹੈ ਕੋਈ ਬੱਚ 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 ਗੱਲ, ਰੌਲਾ ਨਿਬੜ ਗਿਆ, ਰੌਲਾ ਨਿਬੜ ਗਿਆ ਸਰਪੰਚ ਸਾਹਿਬ। ਦੇਖ ਇਹ ਵੀ ਕਹਿੰਦੇ ਵੀ 96 ਟਾਈਮ ਦੇ ਦਿਓ, ਉਸ ਟਾਈਮ ਤੋਂ ਪਹਿਲਾਂ ਮੇਰੇ ਘਰੇ ਨਹੀਂ ਆਉਣੇ ਚਾਹੀਦੇ, ਜਿਹੜਾ ਮੈਂ ਟਾਈਮ ਦੇਤਾ ਤੇ ਜਿਹੜਾ ਮੈਂ ਟਾਈਮ ਦੇਤਾ ਉਦੋਂ ਪਹਿਲਾਂ ਤੁਸੀਂ ਘਰੇ ਨਹੀਂ ਆਉਣਾ ਭਾਈ, ਠੀਕ ਹੈ? ਸਰਪੰਚਾ ਆ ਜਵਾਨ ਦੇਤੀ ਮੇਰੇ ਛਲੇ ਦੀ, ਕਬੂਤਰ ਬਦਮਾਸ਼ ਨੇ, ਉਹ ਜਵਾਨ ਤੇ ਉਤਰੂੰਗਾ ਪੰਚਾਇਤ ਦੇ ਵਿੱਚ, ਮੈਂ ਨਿਰਭਰ ਹੋ ਗਿਆ, ਸ਼ਹਿਰੀ ਗੱਲ ਡਿਕਲੇਅਰ ਕਰਤੀ। ਲੈ ਵੀ, ਹਾਂ ਲੈ ਵੀ ਅਮਰੇ, ਮੈਂ 1 ਟਾਈਮ ਦੇਣ ਲੱਗਿਆ, 1 ਟਾਈਮ ਦੇਣ ਲੱਗੇ, ਤੁਹਾਨੂੰ ਮਨਜ਼ੂਰ ਹੈ? ਉਦੋਂ ਪਹਿਲਾਂ ਜੇ ਮੇਰੇ ਘਰੇ ਗੇੜਾ ਮਾਰ ਗਏ, ਮੇਰੀ ਗਲੀ 'ਚ ਗੇੜਾ ਮਾਰ ਗਏ, ਮੈਂ ਪੈਸੇ ਦੇਣ ਦਾ ਹੱਕਦਾਰ ਨਹੀਂ, ਹੱਕਦਾਰ, ਠੀਕ ਹੈ? ਲਿਖੋ ਹੈ ਵੀ ਮਨਜ਼ੂਰ ਹੈ ਬਾਈ, ਮਨਜ਼ੂਰ ਹੈ, ਮਨਜ਼ੂਰ। ਲਿਖ ਵੀ ਸਰਪੰਚ ਆ, ਕੱਲ੍ਹ ਨੂੰ ਰੌਲਾ ਨਹੀਂ ਪੈਂਦਾ, 14 ਜਨਵਰੀ 2059 ਨੂੰ ਮੈਂ ਇੱਥੋਂ ਪੈਸੇ ਲੈ ਜਾਣ।
ਪੱਕੀ ਡੇਟ ਹੋ ਗਈ ਲੇਖਾ ਮੈਂ ਧੀਆਂ ਦਾ।